ਤਾਂ ਪੰਜਾਬ ਟੀਵੀ ਦੀ ਟੀਮ ਪਹੁੰਚ ਗਈ ਹੈ ਘਨੌਰ ਵਿਧਾਨ ਸਭਾ ਹਲਕੇ ਦੇ ਵਿੱਚ, ਜਿੱਥੋਂ ਕਿ ਕਾਂਗਰਸ ਪਾਰਟੀ ਦੇ ਵੱਲੋਂ ਆਪਣੇ ਮੌਜੂਦਾ ਵਿਧਾਇਕ ਮਦਨ ਲਾਲ ਜਲਾਲਪੁਰ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ, ਆਮ ਆਦਮੀ ਪਾਰਟੀ ਦੇ ਵੱਲੋਂ ਗੁਰਲਾਲ ਘਨੌਰ, ਬੀਜੇਪੀ ਨੇ ਵਿਕਾਸ ਸ਼ਰਮਾ ਨੂੰ ਮੈਦਾਨ ਦੇ ਵਿੱਚ ਉਤਾਰਿਆ ਹੈ ਅਤੇ ਸੰਯੁਕਤ ਸਮਾਜ ਮੋਰਚੇ ਦੇ ਵੱਲੋਂ ਐਡਵੋਕੇਟ ਪ੍ਰੇਮ ਸਿੰਘ ਪੰਗੂ ਇੱਥੇ ਚੋਣ ਮੈਦਾਨ ਦੇ ਵਿੱਚ ਨੇ। ਲੋਕਾਂ ਦੇ ਮੂੰਹੋਂ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਕਿ ਘਨੌਰ ਤੋਂ ਜਿੱਤੇਗਾ ਕੌਣ ਅਤੇ ਹਾਰੇਗਾ ਕੌਣ। ਅਤੇ ਚਲੋ ਫਿਰ ਘਨੌਰ ਵਿਧਾਨ ਸਭਾ ਹਲਕੇ ਦੇ ਲੋਕਾਂ ਨਾਲ ਗੱਲਬਾਤ ਹੀ ਕਰਦੇ ਹਾਂ। ਕੀ ਮਾਹੌਲ ਹੈ ਘਨੌਰ ਦਾ, ਕੀ ਲੱਗ ਰਿਹਾ, ਕਿੱਧਰ ਨੂੰ ਰੁਝਾਨ ਲੋਕਾਂ ਦਾ? ਵੀਰੇ ਕੋਈ ਪਤਾ ਨਹੀਂ ਲੱਗ ਰਿਹਾ, ਲੋਕਾਂ ਦੱਸਦੇ ਹੀ ਨਹੀਂ ਹੈ ਵਿੱਚੋਂ ਕਿੱਧਰ ਜਾਣਾ। ਇੱਥੇ ਫਿਰ ਕੌਣ ਜਿੱਤ ਸਕਦਾ ਘਨੌਰ? ਗੁਰਲਾਲ ਜਿੱਤੇਗਾ ਜੀ। ਚੰਦੂ ਮਾਜਰਾ ਜੀ ਸਾਹਿਬ ਜੀ 12-15 ਹਜ਼ਾਰ ਦੇ, 14 ਹਜ਼ਾਰ ਦੇ ਪਕੌੜੇ ਬਣਾਏ ਗਏ ਮਿੱਟੀ ਵਾਲੇ, ਜਾ ਕੇ ਕਹਿੰਦਾ 10 ਲੱਖ ਦਾ ਚੈੱਕ ਦਿਆਂ, ਖਾਲੀ ਚੈੱਕ ਲਿਖ ਕੇ ਦੇ ਗਿਆ, ਕੱਖ ਨਹੀਂ ਦੇ ਗਿਆ ਚਿੱਠੀ ਦੇ, ਖਾਲੀ ਚਿੱਠੀ ਲਿਖ ਕੇ ਦੇ ਗਿਆ। ਲੋਕਾਂ ਦਾ ਰੁਝਾਨ ਨਹੀਂ ਚੰਦੂ ਮਾਜਰੇ ਦੇ। ਘਨੌਰ ਤੋਂ ਕੀ ਬਣਨਾ? ਹਾਂਜੀ ਗਰੀਬ ਰੋਂ ਡਿਆ ਨੇ, ਬਣਨਾ ਕੀ? ਜਿਹੜਾ ਕੋਟਾ ਪਹਿਲਾਂ 5-5 ਮਰਲੇ ਦੇ ਦੇਦਾ ਵੋਟ ਲੈ ਲੈ। ਮੈਨੂੰ ਤਾਂ ਇਹ ਲੱਗਦਾ ਜੀ ਤਿੰਨੇ ਪਾਰਟੀ ਬਰਾਬਰ ਜੀ ਲੱਗ ਰਹੀ ਹੈ ਜੀ। ਆਪਣਾ ਜੀ ਲੱਕ ਦਾ ਮੋਲ ਜੀ ਜ਼ਿਆਦਾ ਕਾਂਗਰਸ ਵਾਲੀ ਹੈ ਜੀ, ਮਦਨ ਲਾਲ ਵਾਲੀ ਜੀ। ਘਨੌਰ ਤੋਂ ਇਹੀ ਲਜਾਏਗਾ ਤੇਰਾ ਚੰਦੂ ਮਾਜਰਾ ਜੀ, ਛੱਪੜ ਪਟਾਤੇ ਲੋਕਾਂ ਨੂੰ ਅੰਦਰ ਕਰਾਤਾ। ਸੀਟ ਕੱਢ ਸਕਦਾ ਮਦਨ ਲਾਲ? ਔਰ ਤੋਂ ਐਤਕੀ ਬਦਲਾਅ ਦੇਖ ਰਹੇ ਜੀ, ਵੀ ਨਵਾਂ ਬਦਲਾਅ ਚਾਹੀਦਾ। 50-60 ਸਾਲ ਹੋ ਗਏ ਨਾ ਦੇਖਦਿਆਂ ਨੂੰ, ਵੀ ਗਲੀਆਂ ਨਾਲੀਆਂ ਭਰੇ, ਬਸ ਹੋਰ ਕੁਛ ਨਹੀਂ। ਚੰਦੂ ਮਾਜਰਾ ਜਿੱਤ ਸਕਦਾ? ਗੁਰਲਾਲ ਘਨੌਰ ਇੱਕ ਦਫਾ ਆਇਆ, ਮਦਨ ਲਾਲ ਜਲਾਲਪੁਰ ਜਿੰਦਾਬਾਦ। ਚੰਦੂ ਮਾਜਰੇ ਦੀ ਉਮੀਦ ਹੈ? ਮੈਂ ਤਾਂ ਕਹਿੰਦਾ ਮੈਂ ਤਾਂ ਤੱਕੜੀ ਨੂੰ ਬੰਨਾ, ਮੈਂ ਤੱਕੜੀ ਨੂੰ ਬੰਨ ਪਾਣੀ ਹੈ। ਜਿੱਤਣਗੇ ਉਹ? ਹਾਂ ਜਿੱਤਣਗੇ। ਇਹ ਨਹੀਂ ਪਤਾ ਵੀ ਜਿੱਤਣਗੇ ਜਾਂ ਹਾਰਨਗੇ, ਮੇਰੇ ਨੂੰ ਜਿੱਤਣ ਕੋਈ ਹਾਰੇ, ਆਪਾਂ ਤਾਂ ਵੋਟ ਤੱਕੜੀ ਨੂੰ ਬੰਨ ਜਾਂਦੇ ਹਾਂ, ਤੱਕੜੀ ਨੂੰ ਹੀ ਪਾਣੀ। ਉਹ ਕੀ ਕਾਰਨ ਹੈ, ਕਿਉਂ? ਹੈਂ ਕਿਉਂ ਯਾਰ, ਕਮਾਲ ਆਪਣੇ ਦਿਲ ਦੀ ਮਰਜ਼ੀ। ਕਦੀ ਸੇਤੇ ਗੁਟਕਾ ਰੱਖ ਕੇ ਸੌਂ ਖਾ ਲਈ ਹੈ, ਕਦੀ ਉੱਦਾਂ ਚੱਕ ਲਿਆ, ਉੱਦਾਂ ਪਲੋਸ ਲਿਆ ਕੇ। ਇਹਨਾਂ ਨੇ 70 ਸਾਲ ਹੋ ਗਏ ਨੇ ਗਲੀਆਂ ਨਾਲੀਆਂ 'ਚ ਨਹੀਂ ਕੱਢਿਆ ਸਾਨੂੰ। ਆਮ ਪਾਰਟੀ ਵੱਲ ਲਾਲ ਜਿੱਤ ਸਕਦਾ ਇੱਥੇ? ਹਾਂ ਹਾਂ ਜਿੱਤੂਗਾ, ਪੱਕਾ ਜਿੱਤਾਗਾ। ਚੰਦੂ ਮਾਜਰੇ ਜਿਹੜੇ, ਅਸੀਂ ਕੁਛ ਵੀ ਨਹੀਂ ਕਹਿ ਸਕਦੇ। ਪ੍ਰੇਮ ਸਿੰਘ ਚੰਦੂ ਮਾਜਰੇ ਕਰੇ। ਘਨੌਰ ਤੋਂ ਕੀ ਲੱਗ ਰਿਹਾ ਲੋਕਾਂ ਦਾ, ਰੁਝਾਨ ਕਿੱਧਰ ਜਾ ਰਿਹਾ? ਘਨੌਰ ਤੋਂ ਇਹੀ ਲਜਾਏਗਾ ਤੇਰਾ ਚੰਦੂ ਮਾਜਰਾ ਜੀ। ਅੱਛਾ, ਹਾਂਜੀ ਲਿਜਾ ਸਕਦਾ, ਲਿਜਾ ਸਕਦਾ ਜੀ। ਕੀ ਕਾਰਨ ਲੱਗਦਾ? ਕਾਰਨ ਜਿਹੜਾ ਕਾਰਨ, ਇਹਨਾਂ ਨੇ ਕਿਤੇ ਹੀ ਕੱਖ ਨਹੀਂ ਹੋਇਆ। ਅੱਛਾ, ਛੱਪੜ ਪਟਾਤੇ ਲੋਕਾਂ ਨੂੰ ਅੰਦਰ ਕਰਾਤਾ, ਬਿਨਾਂ ਮਤਲਬ ਤੋਂ ਕੰਮ ਕੀਤੇ ਨੇ, ਜਿਹੜੀ ਚੀਜ਼ ਨਹੀਂ ਬਣਨੀ ਉਹ ਵੀ ਉਹਨੇ ਕੀਤੇ ਨੇ ਮਦਨ ਨੇ, ਫਿਰ ਉਹਦਾ ਮਿਲਣਾ ਤਾਂ ਰਿਜ਼ਲਟ ਹੈ ਜਾ ਕੇ ਵੇਖ, ਉੱਥੇ ਬੰਦੇ ਡੁੱਬ ਜਾਣ ਤਾਂ ਉਹਨਾਂ ਦਾ ਪਤਾ ਨਹੀਂ, ਸਾਰਾ ਰੇਤਾ ਸਾਰਾ ਕੁਛ ਕੀਤਾ ਪਿਆ, ਬੁਰੀ ਹਾਲਤ, ਸਾਰਾ ਕੁਛ ਕੀਤਾ ਉਹਨੇ। ਅਤੇ ਮੁਕਾਬਲਾ ਕਿਹਦੇ ਨਾਲ? ਚੰਦੂ ਮਾਜਰੇ ਦਾ। ਚੰਦੂ ਮਾਜਰੇ ਇਹਦੇ ਨਾਲ ਹੀ। ਕਿਹਦੇ ਨਾਲ? ਮਦਨ ਨਾਲ ਹੀ। ਅੱਛਾ, ਆਪ ਵਾਲੇ ਹੈਗੇ ਮੁਕਾਬਲੇ? ਝਾੜੂ ਵਾਲੇ, ਝਾੜੂ ਵਾਲੇ ਘੱਟ, ਇੱਧਰ ਸਾਡੇ ਲਹਿਰ ਘੱਟ। ਅੱਛਾ, ਇੱਧਰ ਘੱਟ? ਹਾਂ ਇੱਧਰ ਘੱਟ। ਭਾਜਪਾ ਵਾਲੇ? ਭਾਜਪਾ ਵਾਲੇ ਤਾਂ ਸਤਨਾਮ ਨੇ। ਚੰਦੂ ਮਾਜਰੇ ਜਿੱਤ ਸਕਦਾ? ਅੱਛਾ, ਜਿਹਨੇ ਕੋ ਜਿਹਨੇ ਕੋ ਕੰਮ ਕਾਰ ਵਧੀਆ ਕੀਤੇ ਨੇ। ਅੱਛਾ, ਹਾਂਜੀ। ਨਹੀਂ ਮਦਨ ਲਾਲ ਜਲਾਲਪੁਰ ਨੇ ਕੰਮ ਕੀਤੇ ਨਹੀਂ 5 ਸਾਲਾਂ? ਉਹਨੇ ਥੋੜ੍ਹੀ ਜ਼ਬਰਦਸਤੀ ਕੀਤੀ, ਹੋਰ ਕੋਈ ਨਹੀਂ। ਅੱਛਾ, ਹਾਂ ਉਹ ਕਿੱਦਾਂ? ਉਹ ਇਹੋ ਜਿਹੜੀ ਮਿੱਟੀ ਮੁੱਟੀ ਪਟਾਈ ਪਿੰਡ ਦੀ ਅਤੇ ਹੋਰ ਉਹਨਾਂ ਪਰਾਂ ਇਹ ਚੀਜ਼ ਹੈ। ਕਿਹਦੇ ਨਾਲ ਮੁਕਾਬਲਾ, ਕਿਹਦੇ ਨਾਲ ਫਿਰ ਹੁਣ ਚੰਦੂ ਮਾਜਰੇ ਦਾ? ਇਹਨਾਂ ਦੋਵਾਂ ਦਾ ਹੀ ਮਦਨ ਦਾ ਦਿੰਦਾ ਜੀ। ਝਾੜੂ ਵਾਲੇ ਨਹੀਂ ਹੈਗੇ? ਝਾੜੂ ਵਾਲੇ ਘੱਟ ਨੇ, ਘੱਟ ਕੰਮ ਬੜੇ ਕਰੇ ਮਦਨ ਲਾਲ ਨੇ। ਅੱਛਾ, ਤੇ ਸਾਰੇ ਓਕੇ ਕਰੇ ਵੇ ਕੰਮ, ਬਾਕੀ ਇਹਨਾਂ ਦਾ ਟਾਈਮ ਦਾ ਕਿਹੜਾ ਹਾਰ ਜਿੱਤ ਬਣਾ, ਜਿਹੜੇ ਆਪਾਂ ਨਵਾਂ ਬੰਦਾ ਫੜਾਂਗੇ ਅੱਗਾ ਕਿਆ ਦੇਖਿਆ ਆਪਾਂ ਨੇ, ਇਹ ਸਾਡੇ 4 ਪੈਸਾ ਬਣਾ ਦਈਏ, ਬੜੇ ਅੱਛੇ ਕੰਮ ਕਰੇ ਵੇ। ਜਿੱਤ ਕੌਣ ਸਕਦਾ ਸਾਡੇ? ਮੈਂ ਤਾਂ ਇਹੀ ਸੀਟ ਕੱਢ ਸਕਦਾ ਮਦਨ ਲਾਲ, ਸਾਨੂੰ ਤਾਂ ਮੈਦ ਹੈ ਜੀ। ਕੰਮ ਕੀਤੇ ਤਾਂ ਕਰਕੇ? ਹਾਂਜੀ ਹਾਂਜੀ। ਮੁਕਾਬਲਾ ਕਿਹਦੇ ਨਾਲ ਮਦਨ ਲਾਲ ਦਾ? ਬਈ ਇਹ ਚੰਦੂ ਮਾਜਰੇ ਗੱਲ ਆ, ਝਾੜੂ ਇੱਧਰ ਘੱਟ ਹੈ, ਹੈ ਘੱਟ। ਮੈਨੂੰ ਇਹ ਲੱਗਦਾ ਜੀ ਤਿੰਨੇ ਪਾਰਟੀਆਂ ਬਰਾਬਰ ਜੀ ਲੱਗ ਰਹੀਆਂ ਜੀ। ਅੱਛਾ, ਹਾਂਜੀ ਤਿੰਨੇ ਪਾਰਟੀਆਂ, ਪਤਾ ਕਿਸੇ ਨੂੰ ਇੱਧਰ ਕੇਜਰੀਵਾਲ ਹੈ ਅਤੇ ਮਦਨ ਲਾਲ ਵੀ ਸਮਝਦੇ ਬਰਾਬਰ ਆ ਜੀ, ਤਿੰਨਾਂ ਕੰਮ ਬਰਾਬਰ ਲਾ, ਕਿਉਂਕਿ ਕਈ ਲੋਕ ਬਦਲੋ ਚਾਹੀ ਜਹਾਂ ਵੀ ਕੰਮ ਤੋਂ ਖੈਰ ਵਧੀਆ ਕਰੇ ਵੇ ਮਦਨ ਲਾਲ ਨੇ ਜੀ। ਹਾਂ ਕੰਮ ਠੀਕ ਕਰੇ ਵੇ ਹੈ, ਪਰ ਲੋਕ ਆਟੋਮੈਟਿਕ ਬਦਲ ਜਾ, ਕੋਈ ਕਿੰਨਾ ਹੀ ਕੰਮ ਕਰਦੇ ਲੋਕ ਤਾਂ ਵੀ ਨਾ, ਕਈ ਲੋਕ ਨੇ ਉਹ ਸਮਝੋ ਵੀ ਬਦਲੋ ਉਹ ਜਿਹਾ ਠੀਕ ਹੈ ਨਹੀਂ, ਉਹ ਸਮਝਣ ਲੱਗ ਜਾਂ ਲੋਕ ਵੀ ਕੰਮ ਘੁੰਮਣ ਲੋਕ ਘੱਟ ਵਾ ਕਰਾਂ, ਕਿਉਂਕਿ ਜੇ ਹਵਾ ਜਿੱਧਰ ਹੀ ਚਲਾਉਂਦੇ। ਵੈਸੇ ਮੈਨੂੰ ਤਾਂ ਤਿੰਨੇ ਪਾਰਟੀਆਂ ਬਰਾਬਰ ਲੱਗ ਰਹੀ ਜੀ। ਇੱਥੇ ਫਿਰ ਕੌਣ ਜਿੱਤ ਸਕਦਾ ਘਨੌਰ ਤੋਂ? ਗੁਰਲਾਲ ਜਿੱਤੇਗਾ ਜੀ। ਅੱਛਾ, ਹਾਂ ਲੋਕਾਂ ਦੇ ਕਾਰਨ ਹੈ ਜੀ, ਲੋਕ ਕਹਿ ਰਹੇ। ਹਾਂਜੀ ਹਾਂਜੀ, ਦੇਖੋ ਅਸੀਂ ਬਿਲਕੁਲ ਸਪਸ਼ਟ ਗੱਲ ਕਰਦਾ ਮੈਂ, ਅਮੀਰ ਲੋਕਾਂ ਦੇ ਪਵਾ ਤੇ ਸ਼ੈੱਡ, ਠੀਕ ਹੈ, ਗਰੀਬ ਦਾ ਕੁਛ ਨਹੀਂ ਸੋਚਿਆ, ਕਰਜ਼ੇ ਮਾਫ਼ ਹੋ ਗਏ, ਹੁਣ ਮੇਰੇ ਵਰਗੇ ਪੈਨਸ਼ਨਾਂ ਦੇ ਫਾਰਮ ਆ ਗਏ, ਮੁੜ ਕੇ ਪੈਨਸ਼ਨ ਨਹੀਂ ਕੋਈ ਪੁੱਛਦਾ ਹੁਣ ਤੱਕ। ਅੱਛਾ, ਹੁਣ ਦੱਸੋ ਕਿਹੜੀ ਪਾਰਟੀ ਨੂੰ ਕਹੀਏ, ਕੀ ਕਰੀਏ, ਇਹ ਨਵਾਂ ਬੰਦਾ ਇਹਨੂੰ ਕਹਿ ਨਹੀਂ ਸਕਦੇ ਕੁਛ ਵੀ।
ਹੁਣ ਇਹਨਾਂ ਨੇ ਸੋਚਣਾ ਚਾਹੀਦਾ ਵੀ ਜਿਹਨੇ ਪੈਨਸ਼ਨ ਨਹੀਂ ਮਿਲ ਰਹੀਆਂ ਉਹਨੂੰ ਪੈਨਸ਼ਨ ਦਿਵਾਓ। ਦੁਨੀਆ ਫਿਰ ਰਹੀ ਹੈ ਫਾਰਮ ਚੁੱਕੀ, ਫਾਰਮ ਆ ਗਏ, ਅੱਠ ਅੱਠ 7 ਮਹੀਨੇ ਹੋ ਗਏ ਮੇਰੀ ਪੈਨਸ਼ਨ ਨਹੀਂ ਹੁਣ ਦਿਖਾ ਰਹੀ। ਮੁਕਾਬਲਾ ਕਿਹਦੇ ਕਿੱਦਾਂ ਮੰਨ ਰਹੇ ਤੁਸੀਂ ਇੱਥੋਂ? ਕਾਂਗਰਸ ਦਾ ਮੁਕਾਬਲਾ ਹੋ ਚੱਲ ਰਿਹਾ। ਮਦਨ ਲਾਲ ਦਾ, ਮਦਨ ਲਾਲ ਤੇ ਅਕਾਲੀ ਅਕਾਲੀ ਚੰਦੂ ਮਾਜਰੇ ਦਾ ਤੀਜੇ ਨੰਬਰ ਆ ਸਾਡੇ ਪਿੰਡ ਦਾ ਜੀ, ਬਾਹਰ ਦਾ ਸਾਨੂੰ ਪਤਾ ਨਹੀਂ। ਚੰਦੂ ਮਾਜਰਾ ਜੀ ਸਾਹਿਬ ਜੀ? ਅੱਛਾ ਹਾਂਜੀ। ਕਾਰਨ ਕੀ ਲੱਗਦਾ? ਕਾਰਨ ਲੱਗਦਾ ਇਹੀ ਹੈ ਜੀ, ਬਾਕੀ ਜਿੱਦਾਂ ਕੰਪਨੀਆਂ ਵਗੈਰਾ ਵਿੱਚ ਕੰਮ ਨਹੀਂ, ਰੁਜ਼ਗਾਰ ਨਹੀਂ ਮਿਲਦਾ, ਉਹਦਾ ਹੀ ਬੈਨੀਫਿਟ ਕਰ ਰਿਹਾ ਵੀ ਉਹ 15,000 ਸੈਲਰੀ ਦਵਾਵੇਗਾ ਚੰਦੂ ਮਾਜਰੇ ਦੀ ਉਮੀਦ ਵੈਸੇ। ਅੱਛਾ, ਕੀ ਕਾਰਨ ਕੀ ਲੱਗਦਾ? ਕਾਰਨ ਇਹੀ ਪਹਿਲਾਂ ਕਾਂਗਰਸ ਨੂੰ ਵੋਟਾਂ ਪਾਇਆ ਸੀ, ਉਹਨਾਂ ਨੇ ਬਸ ਝੂਠੇ ਪਰਚੇ ਪਵਾ ਕੇ ਬੰਦਿਆਂ ਦੇ ਅੰਦਰ ਕਰਾਏ ਨੇ ਕਈ, ਇਸ ਕਰਕੇ ਪਾਈਆਂ ਨੇ ਪਹਿਲਾਂ ਕਾਂਗਰਸ ਨੂੰ ਵੋਟਾਂ ਪਾਈਆਂ ਨੇ। ਮੁਕਾਬਲਾ ਕਿਹਦੇ ਨਾਲ ਮੰਨਦੇ ਚੰਦੂ ਮਾਜਰੇ ਦੇ ਇੱਥੋਂ? ਪਾਰਟੀ ਨਾਲ ਜੀ ਜ਼ਿਆਦਾ। ਅੱਛਾ, ਤੇ ਕਾਂਗਰਸ ਬਾਹਰ ਹੈ? ਹਾਂਜੀ, ਕਾਂਗਰਸ ਮੁਸ਼ਕਲ ਹੀ 12-15,000 ਦੇ, 14,000 ਦੇ ਪਕੌੜੇ ਬਣਾਏ ਕੇ ਬਿੱਟੀ ਵਾਲਿਆਂ ਨੇ। ਅੱਛਾ, ਜਾ ਕੇ ਕਹਿੰਦਾ 10 ਲੱਖ ਦਾ ਚੈੱਕ ਦਿਆਂ, ਖਾਲੀ ਚੈੱਕ ਲਿਖ ਕੇ ਦੇ ਗਿਆ, ਕੱਖ ਨਹੀਂ ਦੇਗਾ ਚਿੱਠੀ 'ਤੇ, ਖਾਲੀ ਚਿੱਠੀ ਲਿਖ ਕੇ ਦੇ ਗਿਆ, ਮੈਨੂੰ ਵੋਟਾਂ ਕਾਹਲੀਆਂ ਮੰਗਦੇ। ਲੋਕਾਂ ਦਾ ਰੁਝਾਨ ਕੀ ਇੱਥੋਂ? ਹੈਂ, ਲੋਕਾਂ ਦਾ ਰੁਝਾਨ ਨਹੀਂ ਚੰਦੂ ਮਾਜਰੇ ਦੇ। ਅੱਛਾ ਹਾਂਜੀ, ਉਹ ਕੀ ਕਾਰਨ? ਹਾਂਜੀ ਹਾਂਜੀ, ਕਿਉਂ ਵੀ ਕਾਰਨ ਹੈ? ਆਊਗਾ ਪੁਰਾਣਾ ਖੁੰਡਾ। ਅੱਛਾ ਹਾਂਜੀ, ਨਹੀਂ ਕੰਮ ਕਰੂਗਾ, ਕੰਮ ਕਰੂਗਾ ਜੀ, ਕਰੂਗਾ ਕਿਉਂ ਨਹੀਂ ਜੀ, ਕੰਮ ਕਰੂਗਾ ਜੇ ਆਪਾਂ ਉਹਨਾਂ ਦੀ ਮਦਦ ਕਿਹਾ ਲਾਂਗੇ ਤਾਂ ਕੰਮ ਤਾਂ ਕਰੂਗਾ, ਆਪਾਂ ਮਦਦ ਨਹੀਂ ਕਰਾਂਗੇ ਕੰਮ ਕੀ ਕਰੂਗਾ? ਘਨੌਰ ਤੋਂ ਕੀ ਬਣਨਾ? ਹਾਂਜੀ, ਗਰੀਬ ਰੋਣ ਡਏ ਨੇ, ਬਣਨਾ ਕੀ? ਅੱਛਾ, ਜਨਾਨੀਆਂ ਥਾਪੀਆਂ ਚੁਕਾ ਦੇਣੀਆਂ ਨੇ, ਲੋਕਾਂ ਨੂੰ ਗੁਆਰਿਆ ਥਾਂ ਨਹੀਂ ਹੈ, ਕੋਈ ਗੁਆ ਥੱਪਣ ਵਾਲੀ ਥਾਂ ਨਹੀਂ ਜਨਾਨੀਆਂ ਕੋਲ, ਕਿੱਥੇ ਥੱਪਣੀ? ਜਿਹਨਾਂ ਕੋਲ ਜ਼ਮੀਨਾਂ ਨਹੀਂ ਹੈ, ਜ਼ਮੀਨਾਂ ਵਾਲਿਆਂ ਤਾਂ ਜ਼ਮੀਨਾਂ ਥੱਪ ਲੀਆਂ, ਜਿਹਨਾਂ ਕੋਲ ਜ਼ਮੀਨਾਂ ਨੇ ਉਹਨਾਂ ਨੇ ਕਿੱਥੇ? ਬੇਰੁਜ਼ਗਾਰ ਬੈਠੇ ਸਾਰੇ, ਬੇਰੁਜ਼ਗਾਰ ਬੈਠੇ, ਕੋਈ ਦਿਹਾੜੀ ਨਹੀਂ, ਕੋਈ ਦਫਾ ਨਹੀਂ ਹੈ, ਨੌਕਰੀਆਂ ਮਿਲੀਆਂ ਨਹੀਂ, ਨੌਕਰੀਆਂ ਕੋਈ ਕਿਸੇ ਨੂੰ ਨੌਕਰੀਆਂ ਨਹੀਂ ਮਿਲੀਆਂ, ਕਿਸੇ ਨੂੰ ਨੌਕਰੀ ਨਹੀਂ ਮਿਲੀ, ਇੱਥੇ ਮੇਲਾ ਹੋ ਜਾਣਾ ਬਾਬੇ ਮੁੱਠੀਆਂ ਵਾਲੇ ਦਾ, ਤਾਂ ਉੱਥੇ ਚੁੱਕੀ ਜਾਣੀਆਂ ਨੇ ਥਾਪੀਆਂ, ਤਾਂ ਕਿੱਥੇ ਜਨਾਨੀਆਂ ਥਾਪੀਆਂ ਰੱਖਣ ਦੀਆਂ? ਕੋਈ ਗਰੀਬ ਗੁਰਬੇ ਨੂੰ ਕੋਈ ਪੈਸਾ ਨਹੀਂ ਦਿਆ, ਕੋਈ ਕੁਛ ਨਹੀਂ ਦਿਆ, ਹਾਂ ਲੋਕਾਂ ਨੇ 5-5 ਮਰਲੇ ਦੇ ਪਲਾਟ ਨਹੀਂ ਮਿਲੇ ਤੁਹਾਨੂੰ? ਕੁਛ ਨੂੰ ਨਹੀਂ ਮਿਲਿਆ, ਕਿਸੇ ਨੂੰ ਵੀ ਨਹੀਂ ਮਿਲੇ, ਕਿਸੇ ਨੂੰ ਇੱਕ ਵਿਸ਼ਵਾ ਥਾਂ ਨਹੀਂ ਮਿਲੀ ਹੈ, 5 ਮਰਲੇ ਛੱਡ ਕੇ ਇੱਕ ਦਿਨ ਕੋਰਟ ਪਿੱਛੇ 20,000 ਰੁਪਏ ਵੀ ਦਿੰਦੇ, ਬੜਾ ਕੁਛ ਥਾ ਫਿਰ ਵੀ, ਚਲੋ ਆ ਤੈਨੂੰ ਵਿਖਾਈਆ ਥਾਂ ਵੇਖ, ਇੱਥੇ ਮੇਲਾ ਲੱਗਣਾ, ਆ ਥਾਪੀਆਂ ਥੱਪੀਆਂ ਚੁੱਕੀ ਜਾਣੀਆਂ ਨੇ ਹੁਣ। ਮਦਨ ਲਾਲ ਨੇ ਕੀਤਾ ਨਹੀਂ ਕੁਛ ਫਿਰ ਹੁਣ? ਮਦਨ ਲਾਲ ਨੇ ਕੀ ਕਰਨਾ ਹੈ? ਮਦਨ ਲਾਲ ਕਰ ਗਿਆ ਜੋ ਕੁਛ ਕਰਨਾ ਹੈ ਮਦਨ ਲਾਲ ਨੇ, ਫਿਰ ਹੁਣ ਕੀ ਬਣਦਾ ਇਸ ਵਾਰ? ਹੈ, ਇਸ ਵਾਰ ਕੀ ਬਣਦਾ? ਕੋਈ ਵੀ ਨਹੀਂ, ਇਸ ਵਾਰ ਕੀ ਕੀ ਗਰੀਬਾਂ ਦਾ ਬਣੇਗਾ? ਗਰੀਬਾਂ ਦਾ ਕੁਛ ਬਣੇਗਾ ਤਾਂ ਗਰੀਬਾਂ ਵੋਟਾਂ ਦੇਣ ਦੇ, ਜੇ ਨਾ ਬਣੇ ਤਾਂ ਕਿਸੇ ਨੂੰ ਵੋਟ ਨਹੀਂ ਦੇਣੀ ਹੈ। ਨਹੀਂ, ਇਸ ਵਾਰ ਲੱਗ ਕੀ ਰਿਹਾ ਫਿਰ, ਲੋਕ ਕਹਿੰਦੇ ਕਿੱਧਰ ਨੂੰ ਜਾਣਾ, ਇਸ ਵਾਰ ਕਿਹਨੂੰ ਵੋਟ ਪਾਉਣਗੇ ਲੋਕ? ਵੋਟ ਲੈ ਕੇ ਆਪਣੇ ਖੂੰਜੇ ਚ ਵੜ ਜਾਣਾ ਹੈ, ਲੋਕਾਂ ਨੇ ਵੋਟਾਂ ਸੱਟਣੀਆਂ ਨੇ ਖੂਹ ਦੇ ਵਿੱਚ, ਖੂਹ ਸੱਟਣੀਆਂ ਨੇ ਵੋਟਾਂ। ਕੀ ਮਾਹੌਲ ਹੈ ਘਨੌਰ ਦਾ, ਕੀ ਲੱਗ ਰਿਹਾ ਕਿੱਧਰ ਨੂੰ ਰੁਝਾਨ ਲੋਕਾਂ ਦਾ? ਵੀਰੇ ਕੋਈ ਪਤਾ ਨਹੀਂ ਲੱਗ ਰਿਹਾ, ਲੋਕਾਂ ਦੱਸਦੇ ਨਹੀਂ ਹੈ ਵਿੱਚੋਂ ਕਿੱਧਰ ਜਾਣਾ ਹੈ। ਅੱਛਾ, ਹਾਂ, ਬਾਕੀ ਜ਼ੋਰ ਜਿਵੇਂ ਆਮ ਪਾਰਟੀ ਦਾ ਲੱਗਦਾ। ਕੀ ਕਾਰਨ ਕੀ ਹੈ, ਕਿਉਂ ਲੱਗਦਾ ਆਮ ਆਦਮੀ ਪਾਰਟੀ ਦਾ? ਬਦਲਾ ਜਾਂਦੇ ਲੋਕ, ਹੋਰ ਕੀ, ਵੀ ਪਹਿਲੀਆਂ ਸਰਕਾਰਾਂ ਨੇ ਕੁਛ ਕੀਤਾ ਨਹੀਂ, ਹੈ ਨਾ, ਅਤੇ ਅਗਾਂਹ ਦੇਖੋ ਅਗਲੀ ਸਰਕਾਰ ਆਏਗੀ ਸ਼ਾਇਦ ਕੁਛ ਕਰੇ। ਅੱਛਾ, ਇਹ ਕਰਕੇ ਆਪਣੇ ਇਲਾਕੇ 'ਚ ਵੀ ਹੈ ਚੜ੍ਹ ਦਾ ਜ਼ੋਰ? ਇੱਥੇ ਬਰਾਬਰ ਬਰਾਬਰ ਜਾਈਏ, ਕਾਂਗਰਸ ਦਾ ਵੀ ਠੀਕ ਹੈ ਅਤੇ ਝਾੜੂ ਦਾ ਵੀ ਹੈ। ਅਕਾਲੀ ਦਲ ਹੈਗਾ ਮੁਕਾਬਲੇ? ਬਸ ਤਿੰਨਾਂ ਦਾ ਮਤਲਬ ਰਲਿਆ ਮਿਲਿਆ ਜੇ ਲੱਗਦਾ, ਕੋਈ ਅੱਗੇ ਲੰਘਣ ਜ਼ਿਆਦਾ, ਕੋਈ ਜੇ ਕੋਈ ਜਿੱਤੇਗਾ ਤਾਂ ਥੋੜ੍ਹੇ ਵੋਟਾਂ 'ਤੇ ਜਿੱਤੇਗਾ। ਅੱਛਾ, ਤਿੰਨਾਂ 'ਚੋਂ ਹੀ ਆਪਣਾ ਜੀ ਇਲਾਕੇ ਦਾ ਮਾਹੌਲ ਜੀ ਜ਼ਿਆਦਾ ਕਾਂਗਰਸ ਵਾਲੀ ਹੈ ਜੀ, ਮਦਨ ਲਾਲ ਵਾਲੀ ਜੀ। ਹਾਂਜੀ, ਜੋ ਵੀ ਕਾਰਨ ਇਹੀ ਹੈ ਕਿ ਜੋ ਵੀ ਕੰਮ ਕਾਰ ਜ਼ਿਆਦਾਤਰ ਕਿਰਾਏ ਨੇ, ਵਿਕਾਸ ਕਰਾਇਆ ਉਹ ਮਦਨ ਲਾਲ ਸਾਹਿਬ ਨੇ ਹੀ ਕਰਾਇਆ। ਅੱਛਾ, ਹਾਂਜੀ, ਨਾ ਤਾਂ ਅਕਾਲੀਆਂ ਨੇ ਕੁਛ ਕਰਵਾਇਆ ਅੱਜ ਤੱਕ, ਅਤੇ ਨਾ ਝਾੜੂ ਵਾਲਿਆਂ ਨੇ ਕੁਛ ਕਰਾਇਆ। ਨਹੀਂ, ਝਾੜੂ ਵਾਲਿਆਂ ਦੇ ਕਹਿੰਦੇ ਸਰਕਾਰ ਨਹੀਂ ਨਾ ਆਈ। ਉਹ ਵੀਰੇ ਗੱਲ ਇਹ ਆ ਵੀ ਚਾਰ ਚਪੇਰੇ ਹੀ ਆ। ਕਿਹਦਾ ਕਿਹਦਾ ਮਾਹੌਲ ਲੱਗ ਰਿਹਾ ਲੋਕਾਂ ਦਾ ਰੁਝਾਨ? ਮਾਹੌਲ ਕਾਂਗਰਸ ਦਾ ਵੀ ਹੈ, ਮਾਹੌਲ ਅਕਾਲੀਆਂ ਦਾ ਵੀ ਹੈ, ਮਾਹੌਲ ਝਾੜੂ ਵਾਲੇ ਦਾ ਵੀ ਹੈ। ਅੱਛਾ, ਭਾਜਪਾ ਵਾਲੇ ਦਾ ਨਹੀਂ? ਨਾ, ਭਾਜਪਾ ਵਾਲਿਆਂ ਨੂੰ ਕੋਈ ਨਹੀਂ ਪੁੱਛਦਾ। ਗੁਰਲਾਲ ਘਨੌਰ। ਅੱਛਾ, ਕੀ ਕਾਰਨ ਕੀ ਲੱਗਦਾ? ਹੈ, ਵਧੀਆ ਬੰਦਾ, ਇਮਾਨਦਾਰ ਬੰਦਾ। ਅੱਛਾ, ਹਾਂ, ਮਦਨ ਲਾਲ ਸੀ ਇੱਥੋਂ ਆਪਣਾ ਐਮਐਲਏ? ਸਿਰਫ ਹਲਕੇ ਗਾ ਬੰਦਾ ਹੈ ਆਪਣੇ ਗਾ, ਕੋਈ ਬਾਹਰੋਂ ਨਹੀਂ ਜਾਣਾ ਵਾ। ਤੇ ਮਦਨ ਲਾਲ ਸੀ ਐਮਐਲਏ ਇੱਥੋਂ, 5 ਸਾਲ ਕੰਮ ਕੀਤੇ ਹੋਣ? ਕੋਈ ਕੰਮ ਨਹੀਂ ਕਰਿਆ। ਅੱਛਾ, ਫਿਰ ਹੁਣ ਮੁਕਾਬਲਾ ਕਿਹਦਾ ਕਿਹਦਾ ਲੱਗ ਰਿਹਾ ਇੱਥੋਂ? ਆਮ ਆਦਮੀ ਜ਼ਿਆਦਾ ਪਾਰਟੀ ਆ। ਅੱਛਾ, ਉਹਦਾ ਮੁਕਾਬਲਾ ਕਿਹਦੇ ਨਾਲ ਆ ਆਪ ਦਾ? ਇਹ ਦੋਈ ਪਾਰਟੀਆਂ ਨਾਲ ਹੈ, ਕਾਂਗਰਸ ਔਰ ਉਹਦੇ ਨਾਲ। ਅੱਛਾ, ਅਕਾਲੀਆਂ ਨਾਲ? ਭਾਜਪਾ ਵਾਲੇ ਨਹੀਂ ਹੈਗੇ? ਨਾ, ਭਾਜਪਾ ਵਾਲੇ ਨਹੀਂ। ਠੀਕ ਹੈ, ਕੀ ਲੱਗ ਰਿਹਾ ਜੀ ਮਾਹੌਲ?
ਕੀ ਕਹਿੰਦਾ ਲੋਕਾਂ ਦਾ ਰੁਝਾਨ ਕਿਧਰ ਹੈ ਤੋਂ ਐਤਕੀ ਬਦਲਾਅ ਦੇਖ ਰਹੇ ਜੀ ਅੱਛਾ ਵੀ ਨਵਾਂ ਬਦਲਾਅ ਚਾਹੀਦਾ 50-60 ਸਾਲ ਹੋ ਗਏ ਨਾ ਦੇਖਦਿਆਂ ਨੂੰ ਵੀ ਗਲੀਆਂ ਨਾਲੀਆਂ ਭਰੇ ਆ ਬਸ ਹੋਰ ਕੁਛ ਨਹੀਂ ਹੈ ਇਸ ਕਰਕੇ ਨਵਾਂ ਬਦਲਾਅ ਝਾੜੂ ਨੂੰ ਮਤਲਬ ਟਾਈਮ ਦੇ ਰਹੇ ਹਾਂ ਅਤੇ ਵੀ ਚੰਗੇ ਕੰਮ ਕਰੇਗਾ ਉਹ ਮਤਲਬ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਹੈ ਵੀ ਇਸ ਤਰ੍ਹਾਂ ਪੰਜਾਬ ਮਾਂ ਵੀ ਇਸ ਤਰ੍ਹਾਂ ਕਰੇਗਾ ਕਿਉਂ ਲੱਗਦਾ ਵੀ ਉਹ ਕਰਨਗੇ ਕਰਨਗੇ ਮਤਲਬ ਦਿੱਲੀ ਦੇ ਮਤਲਬ ਮਨ ਸਾਡਾ ਉਹ ਹੈ ਵੀ ਮਤਲਬ ਜਦ ਉੱਥੇ ਚੰਗੇ ਕੰਮ ਕਰੇ ਫਿਰ ਇੱਥੇ ਵੀ ਕਰਨਗੇ ਇਹ ਚੀਜ਼ ਅਤੇ ਮੁਕਾਬਲਾ ਕਿਹਦਾ ਕਰਿਆ ਇੱਥੋਂ ਵੈਸੇ ਬਸ ਮੁਕਾਬਲਾ ਤਾਂ ਦੂਜੀ ਦੋਵੇਂ ਪਾਰਟੀਆਂ ਜੀ ਅਕਾਲੀ ਦਲ ਹੋ ਗਿਆ ਕਾਂਗਰਸ ਹੋ ਗਿਆ ਆਪ ਹੋ ਗਿਆ ਭਾਜਪਾ ਵਾਲੇ ਮੁਕਾਬਲੇ ਬਾਹਰ ਹੈ ਦੋ ਵਾਲਾ ਲੁੱਟ ਖਾ ਦੇ ਗਰੀਬ ਬੰਦੇ ਨੂੰ ਬਣਾ ਦੇ ਸੱਤਰ ਸਾਲ ਹੋ ਗਏ ਕਦੀ ਅਕਾਲੀ ਆ ਜਾਂ ਕਦੀ ਕਾਂਗਰਸ ਆ ਜਾ ਕੀ ਬੇਟਾ ਜੰਮਿਆ ਫੜ ਖਾਂਦੇ ਉਹ ਕਰਨਗੇ ਕੁਝ ਹਾਂ ਉਹ ਕਰਨਗੇ ਕੁਝ ਹਾਂ ਕੀ ਲੱਗ ਰਿਹਾ ਮਾਹੌਲ
ਕਰਨੇ ਕੰਮ ਕਰਾਂ ਸਹੀ ਇਹਨੂੰ ਨਵੇਂ ਬੰਦੇ ਨੂੰ ਕਿਆ ਕਰਨਾ ਉਹ ਮੈਨੂੰ ਪਰਾਲੀ ਤਾਂ ਮੁੱਕਣ ਨਹੀਂ ਦਿੰਦਾ ਦਿੱਲੀ ਵਾਲਾ ਜਿਹੜਾ ਮਾਰਾ ਖੇਤੀ ਆ ਦਿੰਦਾ ਉਹ ਕਰਨ ਤਾਂ ਦਿੰਦਾ ਨਹੀਂ ਪਰਾਲੀ ਫਿਰ ਕਰੋੜ ਰੁਪਇਆ ਕੌਣ ਭਰ ਦੇਗਾ ਹਾਂ ਉਹਨਾਂ ਕੋਰਟ ਮੈਂ ਕੇਸ ਪਾਇਆ ਤਾ ਦਿੱਲੀ ਉਹ ਤਾਂ ਕਿਸਾਨਾਂ ਦਾ ਇੱਕ ਅੱਧਾ ਜਿੱਤ ਗਏ ਬਹੁਤ ਆਦਮੀ ਪਾਰਟੀ ਨੂੰ ਵੀ ਜਾ ਰਿਹਾ ਕਾਂਗਰਸ ਦੀਆਂ ਵੋਟਾਂ ਜਿਹੜੀਆਂ ਹੁੰਦੀਆਂ ਨੇ ਪੱਕੀਆਂ ਹੁੰਦੀਆਂ ਨੇ ਹਾਂ ਮਤਲਬ ਅਕਾਲੀ ਦਲ ਤੇ ਝਾੜੂ ਵਾਲਾ ਜ਼ਿਆਦਾ ਮੁਕਾਬਲਾ ਹਾਂ 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 ਮਦਨ ਲਾਲ ਹੈ ਨਹੀਂ ਮੁਕਾਬਲੇ ਦੀ ਕਾਂਗਰਸ ਹਾਂ ਕਾਂਗਰਸ ਨਹੀਂ ਹੈਗੀ ਇਸ ਵਾਰ ਕਾਂਗਰਸ ਤੇ ਹੈ ਹੀ ਹੈ ਵੇ ਇਹਦੀ ਤੇ ਪੱਕੀਆਂ ਵੋਟਾਂ ਨੇ ਇਹਦੀਆਂ ਤੇ ਜਾਂਦੀਆਂ ਹੀ ਨਹੀਂ ਕਿਧਰੇ ਬਾਕੀ ਤਿੰਨੇ ਪਾਰਟੀਆਂ ਦਾ ਸਾਡੇ ਤੇ ਇੱਥੇ ਤੇ ਇਹੀ ਹੈ ਆਪਾਂ ਤੇ ਇਹੀ ਸੁਣ ਡਏ ਹਾਂ ਤਿੰਨੇ ਪਾਰਟੀਆਂ ਦਾ ਜਿੱਤ ਦਾ ਕੌਣ ਦੇਖਦਾ ਇਸ ਵੇਲੇ ਯਾਰ ਮੈਂ ਹੁਣ ਕੀ ਕਹਿ ਸਕਦਾ ਕਿਹਨੂੰ ਕੋਈ ਜਿੱਥੇ ਕੋਈ ਪਾਉਂਦਾ ਉਹ ਤੇ ਉਹਨੂੰ ਹੀ ਕਹੇਗਾ ਠੀਕ ਹੈ ਨਾ ਮੈਂ ਤਾਂ ਕਹਿੰਦਾ ਮੈਂ ਤਾਂ ਤੱਕੜੀ ਨੂੰ ਪਾਉਣਾ ਮੈਂ ਤੱਕੜੀ ਨੂੰ ਪਾਉਣੀ ਹੈ ਜਿੱਤਣਗੇ ਉਹ ਹਾਂ ਜਿੱਤਣਗੇ ਇਹ ਨਹੀਂ ਪਤਾ ਵੀ ਜਿੱਤਣਗੇ ਜਾਂ ਹਾਰਨਗੇ ਮੇਰੇ ਲਈ ਜਿੱਤਣ ਕੋਈ ਹਾਰੇ ਆਪਾਂ ਤਾਂ ਵੋਟ ਤੱਕੜੀ ਨੂੰ ਪਾਉਂਦੇ ਆਉਂਦੇ ਹਾਂ ਤੱਕੜੀ ਨੂੰ ਹੀ ਪਾਉਣੀ ਹੈ ਉਹ ਕੀ ਕਾਰਨ ਹੈ ਕਿਉਂ ਹੈਂ ਕਿਉਂ ਯਾਰ ਕਮਾਲ ਆਪਣੇ ਦਿਲ ਦੀ ਮਰਜ਼ੀ ਨਹੀਂ ਕੋਈ ਕਾਰਨ ਹੁੰਦਾ ਵੀ ਕੋਈ ਬੰਦੇ ਵਧੀਆ ਆਉਂਦੇ ਅਸੀਂ ਆਪਣੇ ਸਰਦਾਰ ਭਰਾ ਨੂੰ ਹੀ ਪਾਉਣੀ ਹੈ ਅੱਛਾ ਚਾਹੇ ਕਿਸੇ ਵੀ ਢੰਗ ਨਾਲ ਕਿਸੇ ਵੀ ਉਹਦੇ ਨਾਲ ਬਸ ਸਰਦਾਰ ਤਾਂ ਸਾਰੇ ਹੀ ਨੇ ਠੀਕ ਹੈ ਕਿ ਨਹੀਂ ਕਿੱਧਰ ਨੂੰ ਲੱਗਦਾ ਮਾਹੌਲ ਲੋਕਾਂ 'ਚ ਕੀ ਗੱਲਬਾਤ ਚੱਲਦੀ ਲੋਕਾਂ 'ਚ ਹੁਣ ਤੁਸੀਂ ਲਾ ਲਓ ਸਾਹਿਬ ਲੋਕ ਬਦਲਾ ਚਾਹੁੰਦੇ ਨੇ ਹਰੇਕ ਇਹ ਲਾਰੇਬਾਜ਼ੀਆਂ ਵਾਲਾ ਕੰਮ ਹੁਣ ਚੱਲਣਾ ਤਾਂ ਹੈ ਨਹੀਂ ਇਹਨਾਂ ਦਾ ਕਦੀ ਸਿੱਤੇ ਗੁਟਕਾ ਰੱਖ ਕੇ ਸੌਂ ਖਾ ਲਈ ਹੈ ਕਦੀ ਉੱਦਾਂ ਚੱਕ ਲਿਆ ਉੱਦਾਂ ਪੜੋਸ ਲਿਆ ਕੇ ਇਹਨਾਂ ਨੇ 70 ਸਾਲ ਹੋ ਗਏ ਨੇ ਗਲੀਆਂ ਨਾਲੀਆਂ 'ਚੋਂ ਨਹੀਂ ਕੱਢਿਆ ਸਾਨੂੰ ਅਤੇ ਇਸ ਕਰਕੇ ਲੋਕ ਚਾਹੁੰਦੇ ਨੇ ਬਦਲਾ ਕਿਸੇ ਵੀ ਰੂਪ 'ਚ ਆਵੇ ਅਤੇ ਬਦਲਾ ਆਵੇ ਨਹੀਂ ਤੇ ਇਹ ਦੇਖੋ ਹੁਣ ਤਾਂ ਇੱਕੋ ਪਾਰਟੀ ਦੇਖ ਰਹੀ ਹੈ ਆਮ ਆਦਮੀ ਪਾਰਟੀ ਜਿਹਦੇ ਨਾਲ ਲੱਗ ਕੇ ਅੱਗੇ ਆਉਣ ਵਾਲੇ ਟਾਈਮ 'ਚ ਦੇਖੋ ਕੀ ਹੋਏਗਾ ਪਰ ਹੁਣ ਤਾਂ ਚਾਹੀਦਾ ਹੀ ਬਦਲਾਅ ਹੈ ਆਪਣੇ ਇਲਾਕੇ 'ਚ ਲੋਕਾਂ 'ਚ ਗੱਲ ਹੈਗੀ ਆਮ ਆਦਮੀ ਪਾਰਟੀ ਇੱਥੇ ਪੂਰੀ ਹੈ ਜੀ ਅੱਛਾ ਹੈਗੀ ਹਾਂ ਇਸ ਪਿੰਡ 'ਚ ਪੂਰੀ ਹੈ ਅਤੇ ਝਾੜੂ ਵਾਲਿਆਂ ਦੀ ਟੱਕਰ ਕਿਹਦੇ ਨਾਲ ਮੰਨਦੇ ਇੱਥੋਂ ਇੱਥੇ ਟੱਕਰ ਤਾਂ ਮਦਨ ਨਾਲ ਹੀ ਹੈ ਕਿਉਂ ਚੰਦੂ ਮਾਜਰਾ ਸਾਹਿਬ ਦਾ ਪਹਿਲਾਂ ਵੀ ਅਜਮਾ ਲਏ ਨੇ ਲੋਕਾਂ ਨੇ ਅਤੇ ਪਹਿਲਾਂ ਵੀ ਨਕਾਰਤਾ ਸੀ ਇੱਥੋਂ ਅੱਛਾ ਤੇ ਇਸ ਵਾਰੀ ਮੇਰਾ ਨਹੀਂ ਖਿਆਲ ਉਹਨਾਂ ਦੀ ਕੋਈ ਵੋਟ ਸਾਡੇ ਪਿੰਡ ਵਿੱਚ ਹੋ ਗਈ ਬਾਕੀ ਠੀਕ ਹੈ ਕੀ ਲੱਗ ਰਿਹਾ ਜੀ ਲੋਕਾਂ ਦਾ ਰੁਝਾਨ ਕਿੱਧਰ ਹੈ ਇਸ ਵਾਰ ਆਮ ਪਾਰਟੀ ਵਾਲੇ ਜੀ ਅੱਛਾ ਹਾਂਜੀ ਇਹ ਕੀ ਕਾਰਨ ਹੈ ਭਾਅ ਜੀ ਨਵਾਂ ਬਦਲਾਅ ਚਾਹੀਦੇ ਨੇ ਹਾਂਜੀ ਤੇ ਨਵੀਂ ਪਾਰਟੀ ਹੈ ਜੀ ਦੇਖੋ ਜੀ ਕੀ ਕੀ ਕਰਨਗੇ ਹਾਂਜੀ ਹਾਂਜੀ ਕਰਨਗੇ ਜੀ ਕਿਉਂ ਲੱਗਦਾ ਕਰਨਗੇ ਇਹ ਸਾਡੇ ਇਲਾਕੇ ਦਾ ਹੈ ਜੀ ਗਰਲਾਲ ਜੀ ਅੱਛਾ ਇਹ ਆਪਾਂ ਨੂੰ ਥੋੜ੍ਹਾ ਸਾਥ ਦੇਗਾ ਜੀ ਇਲਾਕੇ ਕਰਕੇ ਹਾਂਜੀ ਹਾਂਜੀ ਟੱਕਰ ਕਿਹਦੇ ਨਾਲ ਹੈ ਗੁਰਲਾਲ ਦੀ ਇਹ ਕਾਂਗਰਸ ਨਾਲ ਜੀ ਮਦਨ ਲਾਲ ਨਾਲ ਹਾਂਜੀ ਹਾਂਜੀ ਕਾਲੀ ਦਲ ਕਾਲੀ ਨਹੀਂ ਹੈਗੇ ਜੀ ਇੱਥੇ ਜਿਹੜੇ ਕਾਲੀ ਹੀ ਆਮ ਪਾਰਟੀਆਂ ਲਾ ਗਏ ਜੀ ਹੁਣ ਸਾਰੇ ਮਾਹੌਲ ਦੇ ਮੁਤਾਬਿਕ ਜੇ ਤੁਹਾਨੂੰ ਪੁੱਛੀਏ ਕੀ ਲੱਗ ਰਿਹਾ ਆਪਣੇ ਇਲਾਕੇ ਦਾ ਮਾਹੌਲ ਤੇ ਜਿਹੜਾ ਪਿੰਡ ਦਾ ਨਾ ਉਹ ਤੇ ਆਮ ਪਾਰਟੀ ਦਾ ਰਿਹਾ ਅੱਛਾ ਕਾਂਗਰਸ ਦਾ ਤੇ ਇਹਦੇ ਆਪਣੇ ਟੱਕਰ ਹੈ ਇਹਦੀ ਆਪਣੇ ਆਮ ਪਾਰਟੀ ਹੈ ਤੇ ਇੱਥੇ ਵੋਟਾਂ ਉਹਨਾਂ ਦੀ ਅਕਾਲੀਆਂ ਦੀ ਹੋਇਆ ਨਾ ਪਰ ਉਹਨੀਆਂ ਨਹੀਂ ਹੈਗੀਆਂ ਜਿੱਤਣ ਜੋਗੀਆਂ ਨਹੀਂ ਜਿੱਤ ਨਹੀਂ ਸਕਦੇ ਮਤਲਬ ਵੋਟਾਂ ਪੈਣਗੀਆਂ ਹਾਂ ਇਹ ਕਹਿੰਦੇ ਮਦਨ ਲਾਲ ਨੇ ਵੈਸੇ ਕੰਮ ਕੀਤੇ ਪੰਜ ਸਾਲ ਮੈਂ ਤੈਨੂੰ ਦੱਸਾਂ ਇਹ ਰਿਕਾਰਡ ਵੀ ਕਰ ਰਿਹਾ ਸਾਡੇ ਪਿੰਡ ਦੀਆਂ ਗਲੀਆਂ ਫਿਰਨੀ ਇਹ ਪਿੰਡ ਦਾ ਕੰਮ ਕਰ ਗਿਆ ਹੋਰ ਅੱਗੇ ਪਿੱਛੇ ਤਾਂ ਪਤਾ ਨਹੀਂ ਸਾਨੂੰ ਕੀ ਕਰਿਆ ਜਾਂ ਨਹੀਂ ਕਰਿਆ ਅਸੀਂ ਤਾਂ ਪਿੰਡ ਦੀ ਹਿਸਾਬ ਪਿੰਡ ਦੇ ਨਾਲ ਨਾ ਸਾਡਾ ਸਰਪੰਚ ਵੀ ਜਿਹੜਾ ਉਹ ਵੀ ਕਾਂਗਰਸੀ ਅਤੇ ਉਹਨੇ ਪਿੰਡ ਦਾ ਬੜਾ ਸਵਾਰਿਆ ਅਤੇ ਹੁਣ ਇਲਾਕੇ ਦਾ ਤਾਂ ਮੈਂ ਕਹਿ ਨਹੀਂ ਸਕਦਾ ਕਿ ਆਪਾਂ ਪਿੰਡ ਦੀ ਗੱਲ ਹੀ ਕਰ ਸਕਦੇ ਤਾਂ ਪੁੱਛੀਏ ਕਿ ਲੋਕਾਂ ਦਾ ਰੁਝਾਨ ਤੁਹਾਨੂੰ ਕਿੱਧਰ ਨੂੰ ਲੱਗ ਰਿਹਾ ਜਾਂਦਾ
ਇਹਨੂੰ ਦੋਵਾਂ ਦੇ ਦੱਸਿਆ ਜੀ ਦੋਵੇਂ ਚੱਲ ਕਿਹਦਾ ਕਿਹਦਾ ਇੱਕ ਚੰਦੂ ਮਾਜਰੇ ਦਾ ਇੱਕ ਝਾੜੂ ਵਾਲੇ ਅੱਛਾ ਉਹ ਸਾਡੇ ਪਿੰਡ ਦਾ ਮਾੜੂ ਦਾ ਹੁੰਦੇ ਆ ਤੇ ਮਦਨ ਲਾਲ ਜਲਾਲਪੁਰ ਕਾਂਗਰਸੀ ਉਹ ਇਹਨਾਂ ਦਾ ਕੀ ਨਾਂ ਲੈਣਾ ਇਹਨਾਂ ਦਾ ਲੰਗਰ ਖਾਣੇ ਖਾਇਆ ਨਾ ਹੈ ਜ਼ਰੂਰ ਜ਼ੋਰ ਤਾਂ ਵੈਸੇ ਤਿੰਨੇ ਹੀ ਪਾਰਟੀਆਂ ਦਾ ਜੇ ਕੋਈ ਪੱਕਾ ਕਹਿ ਨਹੀਂ ਸਕਦੇ ਤਿੰਨਾਂ ਕਿਹੜੀ ਕਿਹੜੀ ਇਹੀ ਕਾਂਗਰਸ ਹੋਈ ਇੱਕ ਤਕੜੀ ਹੋਈ ਇੱਕ ਆਮ ਪਾਰਟੀ ਇਹ ਤਿੰਨੇ ਹੀ ਨੇ ਬਾਕੀ ਤਾਂ ਕਹਿ ਨਹੀਂ ਸਕਦੇ ਉਹਨੇ ਪਿੰਡਾਂ 'ਚ ਪੈਸੇ ਵੱਟਣੇ ਨੇ ਕਿੰਨੇ ਜਿਹਦਾ ਨਾਂ ਲੈਣਾ ਕਿ ਮਦਨ ਲਾਲ ਨੇ ਇਹ ਤੋਂ ਉਹਦਾ ਨਾਂ ਪਿਆ ਚੱਲਦਾ ਕੱਖ ਨਹੀਂ ਵੋਟਾਂ ਨਹੀਂ ਮਿਲਦੀਆਂ ਅੱਛਾ ਵੋਟਾਂ ਨੂੰ ਹਾਰ ਖਾ ਜਾਏਗਾ ਮੇਰੀ ਅੱਜ ਦੀ ਗੱਲ ਵੇਖ ਲਈ ਵੋਟਾਂ ਨੂੰ ਹਰਿਆ ਰਾਇਆ ਉਹ ਅੱਛਾ ਹੁਣ ਜਾਂ ਦੋ ਤਿੰਨਾਂ ਪਿੰਡਾਂ 'ਚ ਪੈਸੇ ਵੰਡੇ ਨੇ ਇੱਥੇ ਨਾਂ ਉਹਦਾ ਲੱਗ ਹੋ ਹੀ ਜਾਂਦਾ ਮਦਨ ਲਾਲ ਨੇ ਕੀਤੇ ਤਾਂ ਹੈ ਥੋੜੇ ਬਹੁਤ ਸੜਕਾਂ ਸੁੜਕਾਂ ਤਾਂ ਬਣਾਈਆਂ ਨੇ ਐਸੀ ਗੱਲ ਤੇ ਨਹੀਂ ਆਇਆ ਲਾਲ ਜਿੱਤ ਸਕਦਾ ਇੱਥੋਂ ਹਾਂ ਹਾਂ ਜਿੱਤਾਗਾ ਪੱਕਾ ਜਿੱਤਾਗਾ ਮਾਹੌਲ ਕੀ ਲੱਗ ਰਿਹਾ ਲੋਕਾਂ ਦਾ ਰੁਝਾਨ ਕਿੱਧਰ ਨੂੰ ਲੱਗ ਰਿਹਾ ਮੈਂ ਗੁੰਗਰਾਲ ਲੈ ਸਕਦਾ ਵੋਟ ਇਹ ਖੇਡਦਾ ਕਬੱਡੀ ਮੁੰਡਾ ਵੋਟ ਦੇ ਪਿੱਛੇ ਬੜੀ ਮਾਹੌਲ ਦਾ ਤਾਂ ਅਜੇ ਕੋਈ ਪਤਾ ਨਹੀਂ ਕਿਹੜਾ ਅੱਗੇ ਜਾ ਰਿਹਾ ਬਟ ਇਹ ਹੈ ਕਿ ਜਿਹੜੀ ਨਵੀਂ ਜਨਰੇਸ਼ਨ ਹੈ ਉਹ ਆਮ ਆਦਮੀ ਪਾਰਟੀ ਵਾਲੇ ਜ਼ਿਆਦਾ ਜ਼ੋਰ ਦੇ ਰਹੀ ਹੈ ਜਿਹੜੇ ਪੁਰਾਣੇ ਬਜ਼ੁਰਗ ਹੈ ਉਹ ਚੰਦੂ ਮਾਜੀ ਦੇ ਨਵਾਂ ਇੱਥੋਂ ਖੜਿਆ ਉੱਧਰ ਜ਼ੋਰ ਦੇ ਰਹੇ ਹੈ ਕਿ ਉਹ ਪੁਰਾਣਾ ਲੀਡਰ ਹੈ ਪੁਰਾਣੇ ਕੰਮ ਕਰ ਰਿਹਾ ਅੱਗੇ ਕੰਮ ਕਰੇਗਾ ਲੋਕਾਂ ਦਾ ਬਾਕੀ ਰੁਝਾਨ ਅਜੇ ਤਿੰਨੇ ਪਾਰਟੀਆਂ ਦਾ ਕੋਈ ਕੋਈ ਕੁਛ ਵੀ ਕਹਿ ਸਕਦੇ ਹਾਂ ਅੱਛਾ ਤਿੰਨਾਂ ਦਾ ਹੀ ਹੈ ਹਾਂ ਤਿੰਨੇ ਹੀ ਹੈ ਵੈਸੇ ਮਦਨ ਲਾਲ ਨੇ ਕੰਮ ਕੀਤੇ ਪੰਜ ਸਾਲ ਨਹੀਂ ਕੰਮ ਤਾਂ ਕਰੇ ਹੀ ਆ ਐਸੀ ਗੱਲ ਨਹੀਂ ਹੈ ਕੰਮ ਤਾਂ ਆਈ ਟੀ ਆਈ ਵੀ ਬਣ ਰਹੀ ਹੈ ਹੋਸਪਿਟਲ ਦਾ ਵੀ ਕੰਮ ਚੱਲ ਰਿਹਾ ਅੱਗੇ ਸਟੇਡੀਅਮ 'ਚ ਵੀ ਥੋੜ੍ਹਾ ਕੰਮ ਕਰਿਆ ਪਿੰਡਾਂ 'ਚ ਵੀ ਕਰੇ ਹੀ ਹੋਣਗੇ ਐਸੀ ਗੱਲ ਨਹੀਂ ਹੈ ਹਾਂਜੀ ਅਤੇ ਜੇ ਇਹਨੇ ਕੰਮ ਕੀਤੇ ਤਾਂ ਫਿਰ ਵੀ ਮਤਲਬ ਮੁਕਾਬਲੇ 'ਚ ਆ ਗਈਆਂ ਦੂਜੀਆਂ ਪਾਰਟੀਆਂ ਇਹ ਕਿੱਦਾਂ ਲੱਗਦਾ ਨਹੀਂ ਉਹ ਲੋਕ ਨਵੇਂ ਵੱਲ ਪਾਸੇ ਜਾ ਰਹੇ ਹੈ ਕਿ ਲੋਕ ਦੋਨੇ ਪਾਰਟੀਆਂ ਛੱਡ ਕੇ ਹਰ ਕੋਈ ਕਹਿੰਦਾ ਕਿ ਤੀਸਰੀ ਪਾਰਟੀ ਦੇਖੀਏ ਕਿ ਨਵੀਂ ਪਾਰਟੀ ਦੇਖੀਏ ਕੀ ਕਰਦੀ ਆ ਬਸ ਮੇਨ ਗੱਲ ਇਹ ਚੱਲ ਰਹੀ ਚੰਦੂ ਮਾਜੀ ਨਹੀਂ ਜਾ ਕੀ ਕਾਰਨ ਕੀ ਹੈ ਕਾਰਨ ਵਧੀਆ ਕੰਮ ਕਰਦਾ ਹਾਂਜੀ ਮੁਕਾਬਲਾ ਕਿਹਦੇ ਨਾਲ ਚੰਦੂ ਮਾਜੀ ਗੁਰਲਾਲ ਨਾਲ ਹੋਏਗਾ ਜੀ ਅਤੇ ਕਾਂਗਰਸ ਜਿਹੜਾ ਐਮ ਐਲ ਏ ਅਹਿਮਦ ਲਾਲ ਨੂੰ ਵੋਟ ਇੱਕ ਦਿੰਦੀ ਅੱਛਾ ਹਾਂਜੀ ਉਹ ਕਿਉਂ ਪਤਾ ਕੰਮੇ ਨਹੀਂ ਕਰੇ ਵੀਰ ਨੇ ਅਰਜਾਂ ਤੋਂ ਬਾਕੀ ਝਾੜੂ ਨੂੰ ਵੀ ਕਰ ਰਹੇ ਆ ਲੋਕ ਜੀ ਚੰਦੂ ਮਾਜਰਾ ਸਾਹਿਬ ਚੱਲ ਰਿਹਾ ਫਿਰ ਲੋਕਾਂ ਦਾ ਭੇਤ ਨਹੀਂ ਹੈਗਾ ਲੋਕਾਂ ਦਾ ਭੇਤ ਨਹੀਂ ਆਪਣੇ ਮਨ ਕੇ ਦੱਸੋ ਨਹੀਂ ਰਹੇ ਖੁੱਲ੍ਹ ਕੇ ਅੱਛਾ ਹਾਂ ਇਹਦਾ ਤੁਰਤ ਕਾ ਹੀ ਪਤਾ ਲੱਗੇਗਾ ਵੀ ਕਿਹੜਾ ਜਿੱਤ ਰਿਹਾ ਕਿਹੜਾ ਹਾਰ ਰਿਹਾ ਇਹ ਵੀ ਝਾੜੂ ਵਾਲੇ ਤੋਂ ਝਾੜੂ ਨੂੰ ਕਹਿ ਰਿਹਾ ਜਿਹੜੇ ਮਾਤਲ ਨਗਰ ਫਿਰ ਉਹ ਮਾਤਲ ਨੂੰ ਕਹਿ ਰਿਹਾ ਇਹ ਵੀ ਜਿਹੜਾ ਜਿਹੜੇ ਕੱਲ ਫਿਰ ਰਿਹਾ ਲੱਗਿਆ ਬਹੁਤ ਜੁੜਿਆ ਵਾ ਇਹ ਵੀ ਚੰਦੂ ਮਾਜਰਾ ਸਾਹਿਬ ਹੈ ਉਸ ਨੂੰ ਕਹਿ ਰਿਹਾ ਫੁੱਲ ਮਤਲਬ ਉਹ ਤਰ੍ਹਾਂ ਦਾ ਮਾਹੌਲ ਹੀ ਹੈ ਗੁੰਮ ਜਿਹਾ ਚੱਲ ਰਿਹਾ ਜਿਸ ਤਰ੍ਹਾਂ ਦੇ ਲੀਡਰ ਹੋ ਰਹੇ ਉਤਰੀ ਹੀ ਲੋਕ ਹੋ ਰਹੇ ਨਾ ਸਹੀ ਬਾਤ ਹੈ ਕਾਰਨ ਹੈ ਚੁੱਪ ਕਿਉਂ ਆ ਗੁਪਤ ਕਿਉਂ ਆ ਚੁੱਪ ਗੁਪਤ ਹੈ ਜਿਵੇਂ ਤੁਹਾਨੂੰ ਪਤਾ ਜਿਸ ਦਾ ਨਹੀਂ ਕੰਮ ਹੋਇਆ ਇਹ ਅਗਲਾ ਕੰਮ ਕੇ ਉਸ ਪਰ ਕਹਾ ਵੀ ਤਕੜਿਆਂ ਦੇ ਕੰਮ ਹੋਏ ਪਏ ਆ ਇਹ ਵੀ ਜਿਸ ਤਰ੍ਹਾਂ ਕੋਈ ਐਮ ਐਲ ਏ ਜਿੱਤ ਗਿਆ ਮਾੜੇ ਕਿ ਨਹੀਂ ਦੇਖਦਾ ਨਹੀਂ ਤਕੜੇ ਕਿ ਨਹੀਂ ਦੇਖ ਰਹੇ ਹੈ ਜਿਹੜਾ ਪੈਸੇ ਵੱਜ ਜਾ ਰਿਹਾ ਉਸ ਵੱਜ ਜਾ ਰਿਹਾ ਉਸ ਨੂੰ ਦੇਖ ਰਹੇ ਹੈ ਜਿਹੜਾ ਵੀ ਗਰੀਬ ਬੰਦਾ ਉਹ ਤੋਂ ਵੀ ਮੋਕੇ ਕੀ ਪੜਾਸ ਤੋਂ ਕੱਢੇ ਹੋਗਾ ਅਗਲਾ ਆਪਣੀ ਅਸੀਂ ਕੁਛ ਵੀ ਨਹੀਂ ਕਹਿ ਸਕਦੇ ਕਿਉਂਕਿ ਦੇਖੋ ਗੱਲ ਪਤਾ ਕਿਆ ਵੀ ਅੱਜ ਜਿਹੜਾ ਸਮਾਜ ਦੇ ਵਿੱਚ ਜੋ ਘੁਟਾਲੇ ਹੋ ਰਹੇ ਆ ਜੋ ਗਲਤ ਕੰਮ ਹੋ ਰਹੇ ਆ ਉਹ ਸਾਡੇ ਦੇਸ਼ ਨੂੰ ਖੋਖਲਾ ਕਰੀ ਜਾ ਰਹੇ ਆ ਵੋਟਰ ਵਿਚਾਰਾ ਚੁੱਪ ਕਰਕੇ ਘਰ ਬੈਠਿਆ ਅਗਲਾ ਕਹਿੰਦਾ ਮੈਨੂੰ ਕਿਆ ਲੋੜ ਪਈ ਆ ਜੇ ਸਾਡਾ ਮਨ ਬੈਠੇਗਾ ਉੱਥੇ ਵੋਟ ਪਾ ਦਾਂਗੇ ਅੱਛਾ ਤੇ ਇਸ ਵੇਲੇ ਇੱਥੋਂ ਕਿੱਧਰ ਨੂੰ ਰੁਝਾਨ ਹੈ ਲੋਕਾਂ ਦਾ ਘਨੌਰ ਤੋਂ ਘਨੌਰ ਤੋਂ ਤਾਂ ਸਾਰੇ ਬਰਾਬਰ ਜਿਹੇ ਹੀ ਚੱਲ ਰਹੇ ਆ ਜਿਸ ਤਰ੍ਹਾਂ ਬੀਜੇਪੀ ਵਾਲੇ ਹੋ ਗਏ ਅਕਾਲੀ ਹੋ ਗਏ ਆਪ ਪਾਰਟੀ ਵਾਲੇ ਹੋ ਗਏ ਕਾਂਗਰਸ ਵਾਲੇ ਹੋ ਗਏ ਮਤਲਬ ਇਹ ਨਹੀਂ ਕਹਿ ਸਕਦਾ ਕਲੀਅਰ ਵੀ ਕੋਈ ਵੀ ਜਿੱਤ ਰਿਹਾ ਜਾਣ ਤਾਂ ਫਿਰ ਅਸੀਂ ਤਾਂ ਵੀਰ ਜੀ ਦੁਕਾਨਦਾਰ ਬੰਦੇ ਹਾਂ ਤਕਰੀਬਨ ਸਾਡੇ ਕੋਲ ਸਰਵ ਬਰਾਬਰ ਹੀ ਚੱਲਦਾ ਹੈ ਅੱਛਾ ਕਿਹਦਾ ਕਿਹਦਾ ਮੁਕਾਬਲਾ ਤੋ ਗੁਰਲਾਲ ਦਾ ਆਮ ਆਦਮੀ ਪਾਰਟੀ ਦਾ ਅਤੇ ਚੰਦੂ ਮਾਜਰਾ ਸਾਹਿਬ ਦਾ ਅਤੇ ਮਦਨ ਲਾਲ ਮੁਕਾਬਲਾ ਤਿੰਨਾਂ ਦਾ ਹਾਂਜੀ ਭਾਜਪਾ ਲੈਂਦੇ ਹੈਗੇ ਮੁਕਾਬਲੇ ਉਹ ਥੋੜ੍ਹੀ ਜਿਹੀ ਟਿਕਟ ਲੇਟ ਹੋਣ ਕਰਕੇ ਨਾ ਅੱਛਾ ਬਾਕੀ ਠੀਕ ਹੈ ਆਪ ਪ੍ਰੇਮ ਸਿੰਘ ਚੰਦੂ ਮਾਜਰੇ ਕਰਨੇ ਅੱਛਾ ਸੋਰੀ ਇੱਕ ਹੀ ਕਾਰਨ ਕੀ ਲੱਗਦਾ ਇੱਕ ਤਾਂ ਪੁਰਾਣਾ ਕੈਂਡੀਡੇਟ ਆ ਠੀਕ ਹੈ ਪੁਰਾਣਾ ਕੈਂਡੀਡੇਟ ਹੋਣ ਕਰਕੇ ਉਸਨੇ ਕੰਮ ਵੀ ਹਰੇਕ ਬੰਦੇ ਨਾਲ ਉਸ ਘਰ ਵਰਗੇ ਰਲ ਲਏ ਸਨ ਹਰੇਕ ਜ਼ਿਆਦਾ ਕਿਤੇ ਜ਼ਿਆਦਾ ਲੋਕਾਂ ਨਾਲ ਅਤੇ ਬਾਕੀ ਇਹ ਆ ਵੀ ਕੰਮ ਆਉਣ ਵਾਲਾ ਬੰਦਾ ਪੁਰਾਣਾ ਕੈਂਡੀਡੇਟ ਆ ਅੱਜ ਕੱਲ੍ਹ ਕੋਈ 40-50 ਹੋ ਗਏ ਸਨ ਹੋਰ ਨਵੇਂ ਸਾਰੇ ਕੈਂਡੀਡੇਟ ਆ ਪੁਰਾਣੇ ਨਹੀਂ ਨਵੇਂ ਹੀ ਆ ਸਾਰੇ ਇਹ ਪੁਰਾਣਾ ਹਾਂ ਬੰਦੇ ਨੂੰ ਚਾਹੁੰਦੇ ਵੀ ਹੈ ਲੋਕ ਅਤੇ ਮੁਕਾਬਲਾ ਕਿਹਦੇ ਨਾਲ ਲੱਗ ਰਿਹਾ ਚੰਦੂ ਮਾਜਰੇ ਦਾ ਮੈਨੂੰ ਤਾਂ ਮੁਕਾਬਲਾ ਇਹਦਾ ਸ਼ਾਇਦ ਵੀ ਕਹਿ ਨਹੀਂ ਸਕਦੇ ਪਰ ਸਾਨੂੰ ਇੰਨਾ ਪਤਾ ਵੀ ਚੰਦੂ ਮਾਜਰਾ ਸੀਟ ਕੱਢ ਦੇਗਾ ਅਸੀਂ ਇਹ ਪੁੱਛ ਰਹੇ ਵੀ ਲੋਕਾਂ 'ਚ ਗੱਲਬਾਤ ਕੀ ਚੱਲਦੀ ਮਾਹੌਲ ਕੀ ਚੱਲਦਾ ਉਹ ਦੱਸ ਮੈਂ ਤਾਂ ਆਪਣੀ ਫਤਵਾ ਦੂੰਗਾ ਜੀ ਸਾਡੀ ਇੱਕ ਤਰਫਾ ਆਇਆ ਅੱਛਾ ਮਦਨ ਲਾਲ ਜਲਾਲਪੁਰ ਅੱਛਾ ਜਿੰਦਾਬਾਦ ਜਿੰਦਾਬਾਦ
ਕੰਮ ਕੀਤੇ ਤਾਂ ਕਰਕੇ ਬਿਲਕੁਲ ਤੇ ਮੁਕਾਬਲਾ ਕਿਹਦੇ ਨਾਲ ਮੰਨਦੇ ਮੈਂ ਕੰਮ ਨੂੰ ਸਲਾਮ ਹੈ ਅੱਛਾ ਕੰਮ ਕਰੇ ਹੈ ਮੁਕਾਬਲਾ ਕਿਹਦੇ ਨਾਲ ਸਾਡੇ ਗੁਰੇ ਕਿਹੜੀ ਦੀ ਨਾ ਕੋਈ ਆਈਟੀਆਈ ਸੀ ਅੱਛਾ ਕੋਈ ਆਈਟੀਆਈ ਦੀ ਕਾਲਜ ਬਣ ਗਏ ਤਹਿਸੀਲਾਂ ਆ ਗਈਆਂ ਹਸਪੀਟਲ ਬਣ ਗਏ ਸਾਡੀ ਗਲੀਆਂ ਨਾਲੀਆਂ ਸੜਕਾਂ ਦਾ ਚਲੋ ਤਾਂ ਆਮ ਕੰਮ ਹੈ ਪਰ ਟੌਪ ਕਲਾਸ ਕਰਾਤਾ ਬੱਸ ਸਟੈਂਡ ਦਾ ਕਰਾਤਾ ਇਲਾਕੇ 'ਚ ਕਿਤੇ ਕਿਤੇ ਪੈਲਸ ਬਣਾ ਦੇ ਮਿੰਨੀ ਪੈਲਸ ਬਣਾ ਦੇ ਧਰਮਸ਼ਾਲਾ ਕੋਈ ਚੀਜ਼ ਛੱਡੀ ਨਹੀਂ ਇਹ ਸੀ ਘਨੌਰ ਵਿਧਾਨ ਸਭਾ ਹਲਕੇ ਦੇ ਲੋਕਾਂ ਦੀ ਰਾਏ ਜਿਨ੍ਹਾਂ ਦੇ ਵੱਲੋਂ ਕਿਸੇ ਦੇ ਵੀ ਪੱਖ ਦੇ ਵਿੱਚ ਸਪਸ਼ਟ ਇੱਕ ਫੈਸਲਾ ਨਹੀਂ ਦਿੱਤਾ ਗਿਆ ਹੈ ਇਸ ਹਲਕੇ ਦੇ ਲੋਕ ਆਪ ਵੀ 605 ਦੇ ਵਿੱਚ ਫਸੇ ਹੋਏ ਨੇ ਕਨਫਿਊਜ਼ ਨੇ ਕਿ ਆਖਿਰ ਜਿੱਤੇਗਾ ਕੌਣ ਪਰ ਮੁੱਖ ਤੌਰ 'ਤੇ ਮੁਕਾਬਲਾ ਇੱਥੋਂ 3 ਪਾਰਟੀਆਂ ਵਿਚਾਲੇ ਅਤੇ 3 ਉਮੀਦਵਾਰਾਂ ਵਿਚਾਲੇ ਮੰਨਿਆ ਜਾ ਰਿਹਾ ਹੈ ਮੌਜੂਦਾ ਵਿਧਾਇਕ ਮਦਨ ਲਾਲ ਜਲਾਲਪੁਰ ਵੀ ਪੂਰੀ ਤਰ੍ਹਾਂ ਰੇਸ ਦੇ ਵਿੱਚ ਬਣੇ ਹੋਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਵੀ ਜਿੱਤ ਸਕਦੇ ਨੇ ਲੋਕ ਇਹ ਵੀ ਕਹਿ ਰਹੇ ਨੇ ਅਤੇ ਆਮ ਆਦਮੀ ਪਾਰਟੀ ਦੇ ਗੁਰਲਾਲ ਘਨੌਰ ਵੀ ਰੇਸ ਦੇ ਵਿੱਚ ਜਿੱਤਣ ਦੀ ਰੇਸ ਦੇ ਵਿੱਚ ਪੂਰੀ ਤਰ੍ਹਾਂ ਬਣੇ ਹੋਏ ਨੇ ਕੁਝ ਲੋਕ ਕਹਿੰਦੇ ਨੇ ਜਲਾਲਪੁਰ ਨੇ ਕੰਮ ਕੀਤੇ ਨੇ ਇਸ ਕਰਕੇ ਜਿਤਾਵਾਂਗੇ ਚੰਦੂ ਮਾਜਰਾ ਦੇ ਹੱਕ ਵਿੱਚ ਜਿਹੜੇ ਲੋਕ ਬੋਲ ਰਹੇ ਨੇ ਉਹ ਕਹਿੰਦੇ ਨੇ ਪੁਰਾਣਾ ਬੰਦਾ ਏ ਲੋਕਾਂ ਦੇ ਨਾਲ ਖੜਦਾ ਏ ਅਤੇ ਗੁਰਲਾਲ ਦੇ ਪੱਖ ਵਿੱਚ ਜਿਹੜੇ ਲੋਕ ਭੁਗਤੇ ਨੇ ਉਹ ਕਹਿੰਦੇ ਨੇ ਸਾਨੂੰ ਬਦਲਾਅ ਚਾਹੀਦਾ ਏ ਸਿਰਫ ਘਨੌਰ ਦੇ ਵਿੱਚ ਹੀ ਨਹੀਂ ਸਗੋਂ ਪੂਰੇ ਪੰਜਾਬ ਦੇ ਵਿੱਚ ਇਸ ਵਾਰ ਬਦਲਾਅ ਦੀ ਲਹਿਰ ਹੈ ਇਸ ਤਰ੍ਹਾਂ ਆਪੋ ਆਪਣੇ 3 ਉਮੀਦਵਾਰਾਂ ਦਾ ਪੱਖ ਪੂਰ ਕੇ ਲੋਕਾਂ ਨੇ ਕਾਰਨ ਵੀ ਦੱਸੇ ਨੇ ਪਰ ਕੁਝ ਵੀ ਸਪਸ਼ਟ ਘਨੌਰ ਹਲਕੇ ਦੇ ਵਿੱਚ ਹੁੰਦਾ ਨਜ਼ਰ ਨਹੀਂ ਆ ਰਿਹਾ ਕੋਈ ਵੀ ਜਿੱਤ ਸਕਦਾ ਹੈ ਪਤਾ ਲੱਗੇਗਾ 10 ਮਾਰਚ ਨੂੰ ਇਹ ਤਾਂ ਸਨ ਉਹ ਲੋਕ ਸ਼ਹਿਰਾਂ ਦੇ ਅਤੇ ਪਿੰਡਾਂ ਦੇ ਜਿਨ੍ਹਾਂ ਕੋਲ ਅਸੀਂ ਪਹੁੰਚੇ ਪੁੱਛਿਆ ਅਤੇ ਉਹਨਾਂ ਨੇ ਦੱਸਿਆ ਕਿ ਜਿੱਤ ਕੌਣ ਸਕਦਾ ਹੈ ਕੌਣ ਅੱਗੇ ਹੈ ਕੌਣ ਪਿੱਛੇ ਹੈ ਕੌਣ ਹਾਰਦਾ ਹੈ ਕੌਣ ਜਿੱਤਦਾ ਹੈ ਪਰ ਹੁਣ ਵਾਰੀ ਤੁਹਾਡੀ ਹੈ ਜਿਹੜੇ ਕਿ ਇਸ ਸਰਵੇ ਨੂੰ ਵੇਖ ਰਹੇ ਹੋ ਤੁਸੀਂ ਵੀ ਕਮੈਂਟ ਕਰਕੇ ਦੱਸੋ ਕਿ ਤੁਹਾਡੇ ਅਨੁਸਾਰ ਘਨੌਰ ਤੋਂ ਜਿੱਤ ਕੌਣ ਸਕਦਾ ਹੈ ਕਾਂਗਰਸ ਪਾਰਟੀ ਅਕਾਲੀ ਦਲ ਆਮ ਆਦਮੀ ਪਾਰਟੀ ਭਾਜਪਾ ਜਾਂ ਫਿਰ ਸੰਯੁਕਤ ਸਮਾਜ ਮੋਰਚਾ ਜੋ ਵੀ ਤੁਹਾਨੂੰ ਲੱਗਦਾ ਹੈ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ ਜੇਕਰ ਇਸੇ ਤਰ੍ਹਾਂ ਹੀ ਵੱਖ ਵੱਖ ਵਿਧਾਨ ਸਭਾ ਹਲਕਿਆਂ ਦੇ ਜ਼ਮੀਨੀ ਪੱਧਰ ਦੀ ਸੱਚਾਈ ਨੂੰ ਜਾਣਦੇ ਰਹਿਣਾ ਚਾਹੁੰਦੇ ਹੋ ਤਾਂ ਯੂਟਿਊਬ 'ਤੇ ਦਾ ਪੰਜਾਬ ਟੀਵੀ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਵਾਲਾ ਬਟਨ ਜ਼ਰੂਰ ਦਬਾ ਲੈਣਾ ਜੇਕਰ ਇਹ ਸਰਵੇ ਤੁਸੀਂ ਫੇਸਬੁੱਕ 'ਤੇ ਦੇਖ ਰਹੇ ਹੋ ਤਾਂ ਫੇਸਬੁੱਕ 'ਤੇ ਦਾ ਪੰਜਾਬ ਟੀਵੀ ਦਾ ਪੇਜ ਲਾਈਕ ਕਰ ਲਓ ਮੈਂ ਜੱਜ ਸਿੰਘ ਚਾਹਲ ਅਗਲੀ ਵਾਰ ਫਿਰ ਹਾਜ਼ਰ ਹੋਵਾਂਗਾ ਤੁਸੀਂ ਦੇਖਦੇ ਰਹੋ ਦਾ ਪੰਜਾਬ ਟੀਵੀ ਹਰ ਖਬਰ ਦਾ ਸੱਚ